ਜੇ ਤੁਸੀਂ ਇੱਕ ਦੋ ਦਿਨ ਲੇਟ ਕਰ ਦਿੰਦੇ ਜਾਂ ਫਿਰ ਤੁਸੀਂ ਸੀਨੀਅਰ ਲੀਡਰਸ਼ਿਪ ਦਾ ਸਲਾਹ ਲੈ ਲੈਂਦੇ, ਮੀਡੀਆ ਨੂੰ ਵੀ ਨਹੀਂ ਕਾਲ ਕੀਤਾ ਗਿਆ ਔਰ ਇੱਕਦਮ ਤੁਸੀਂ ਸਥਾਪਿਤ ਕੀਤਾ। ਉਹਨਾਂ ਨੂੰ ਅਸੀਂ ਸੱਚੀ ਸ਼ਰਧਾਂਜਲੀ ਦਿੱਤੀ ਆ ਜੇ ਬੁੱਤ ਲਗਾ ਕੇ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਿਊ ਜਨਰੇਸ਼ਨਸ ਹੈਗੀਆਂ ਉਹ ਉਹਨਾਂ ਦੀ ਕੁਰਬਾਨੀ ਨੂੰ ਭੁਲਾ ਨਾ ਸਕਣ। ਇੰਡੀਆ ਦੀ ਸੈਨਾ ਨਾਲ ਮੁਕਾਬਲਾ ਕਰਦਾ ਰਿਹਾ, ਇੰਨਾ ਅਸਲਾ ਉਹਨੇ ਦਰਬਾਰ ਸਾਹਿਬ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਵਿੱਚ ਭਰ ਲਿਆ ਸੀਗਾ। ਜੇ ਉਹ ਕਦਮ ਠੀਕ ਸੀਗਾ ਤਾਂ ਇੰਦਰਾ ਗਾਂਧੀ ਜੀ ਦਾ ਵੀ ਕਦਮ ਠੀਕ ਸੀਗਾ, ਲੋਹੇ ਨੂੰ ਤਾਂ ਲੋਹੇ ਕੱਟਦਾ। ਇਹ ਸਾਰੀਆਂ ਮੰਗਾਂ ਜਿਹੜੀਆਂ ਸੀਗੀਆਂ ਉਹਦੀਆਂ ਇੱਕ ਫਿਰਕੂ ਪ੍ਰਸਤ ਮੰਗਾਂ ਸੀਗੀਆਂ ਔਰ ਪੰਜਾਬ ਸੂਬੇ ਨੂੰ ਖਰਾਬ ਕਰਨ ਵਾਲੀਆਂ ਸੀਗੀਆਂ। ਲਾਸਟ ਸਮੇਂ ਦੇ ਵਿੱਚ ਇਹ ਵੀ ਪਤਾ ਲੱਗ ਗਿਆ ਸੀ ਕਿ ਉਹ ਪਾਕਿਸਤਾਨ ਦਾ ਏਜੰਟ ਬਣ ਚੁੱਕਾ ਸੀ। ਜਿੰਨੇ ਵੀ ਲੋਕ ਹੁਣ ਖਾਲਿਸਤਾਨ ਦੀ ਡਿਮਾਂਡ ਕਰਦੇ ਆ ਜਾਂ ਖਾਲਿਸਤਾਨ ਦੀ ਮੰਗ ਕਰਦੇ ਆ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ, ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ? ਕਿੰਨੇ ਕੁ ਲੋਕ ਨੇ ਜੀ ਜਿਹੜੇ ਖਾਲਿਸਤਾਨ ਨੇ ਵੀ ਕਰਦੇ ਆ? ਮੇਰਾ ਸਵਾਲ ਹੈ ਕਿ ਤੁਸੀਂ ਉਹਦੇ ਬਾਰੇ ਕੀ? ਕਿੰਨੇ ਕੁ ਲੋਕ ਨੇ, ਚੰਨ ਭਰ ਲੋਕ ਨੇ ਜਿਹੜੇ ਪੰਜਾਬ ਸੂਬੇ ਨੂੰ, ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ? ਲੁਧਿਆਣਾ ਦੇ ਵਿੱਚ ਅੱਜ ਇੰਦਰਾ ਗਾਂਧੀ ਦਾ ਬੁੱਤ ਸਥਾਪਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ 31 ਅਕਤੂਬਰ ਨੂੰ 2017 ਨੂੰ ਇਹਦੀ ਕਾਲ ਦਿੱਤੀ ਗਈ ਸੀ ਕਿ ਇੰਦਰਾ ਗਾਂਧੀ ਦਾ ਬੁੱਤ ਸਥਾਪਿਤ ਕੀਤਾ ਜਾਊਗਾ, ਪਰ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਪ੍ਰੋਟੈਸਟ ਤੋਂ ਬਾਅਦ ਉਹ ਬੁੱਤ ਨਹੀਂ ਸਥਾਪਿਤ ਕੀਤਾ ਗਿਆ ਸੀ। ਅੱਜ 6 ਜੂਨ ਹੈ, ਅੱਜ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਵੀ ਹੈ, ਤਾਂ ਅੱਜ ਹੀ ਦੇ ਦਿਨ ਇਹ ਬੁੱਤ ਕਿਉਂ ਸਥਾਪਿਤ ਕੀਤਾ ਗਿਆ? ਬੁੱਤ ਸਥਾਪਿਤ ਕਰਨ ਵਾਲੇ ਕਾਂਗਰਸ ਦੇ ਨੌਜਵਾਨ ਆਗੂ ਗੋਲਡੀ ਅਗਨੀਹੋਤਰੀ ਜੀ ਸਾਡੇ ਨਾਲ ਨੇ। ਗੋਲਡੀ ਜੀ, ਅੱਜ ਦਾ ਹੀ ਦਿਨ ਕਿਉਂ ਚੂਜ਼ ਕੀਤਾ ਤੁਸੀਂ ਬੁੱਤ ਸਥਾਪਿਤ ਕਰਨ ਵਾਸਤੇ? ਨਹੀਂ, ਸਪੈਸ਼ਲੀ ਕੋਈ ਅੱਜ ਦਾ ਦਿਨ ਨਹੀਂ ਹੈ। ਅਸੀਂ ਤਾਂ ਇਹ ਪ੍ਰਤਿਮਾ ਲਗਾ ਕੇ ਇੰਦਰਾ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਅੱਜ ਦੇ ਦਿਨ ਦੀ ਕੋਈ ਐਸੀ ਖਾਸ ਗੱਲ? ਪਰ ਦਿਨ ਤਾਂ ਖਾਸ ਹੋ ਜਾਂਦਾ ਨਾ, ਕਿਉਂਕਿ ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ ਦਰਬਾਰ ਸਾਹਿਬ 'ਤੇ ਵੀ ਸੀਗੀਆਂ, ਅੱਜ ਸਵੇਰ ਤੋਂ ਸਾਰਿਆਂ ਦਾ ਧਿਆਨ ਉੱਧਰ ਸੀਗਾ। ਦੂਜੇ ਪਾਸੇ ਇਹ ਲਗਭਗ 6-8 ਮਹੀਨੇ ਤੋਂ ਗੱਲ ਚੱਲਦੀ ਆ ਰਹੀ ਸੀ ਕਿ ਤੁਸੀਂ ਬੁੱਤ ਸਥਾਪਿਤ ਕਰਨਾ ਚਾਹੁੰਦੇ ਹੋ, 31 ਅਕਤੂਬਰ ਨੂੰ ਵੀ ਇਹ ਚਰਚਾ ਹੋਈ ਸੀਗੀ, ਪਰ ਜਦੋਂ 6 ਜੂਨ ਨੂੰ ਹੀ ਕਰਦੇ ਹੋ ਤਾਂ ਸਵਾਲ ਬਹੁਤ ਖੜ੍ਹੇ ਹੋ ਰਿਹਾ ਕਿ ਅੱਜ ਹੀ ਕਿਉਂ ਕੀਤਾ ਗਿਆ? ਨਹੀਂ, ਉਹ ਤਾਂ ਸਡਨਲੀ ਇੱਕ ਦਿਨ ਨਾਲ ਮੈਚ ਕਰ ਗਿਆ, ਐਸੀ ਕੋਈ ਗੱਲ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕਿਸੇ ਦੀ ਭਾਵਨਾ ਵੀ ਆਹਤ ਹੋ ਸਕਦੀ ਹੈ ਜੇ ਤੁਸੀਂ ਇੱਕ ਦੋ ਦਿਨ ਲੇਟ ਕਰ ਦਿੰਦੇ ਜਾਂ ਫਿਰ ਤੁਸੀਂ ਸੀਨੀਅਰ ਲੀਡਰਸ਼ਿਪ ਦਾ ਸਲਾਹ ਲੈ ਲੈਂਦੇ, ਮੀਡੀਆ ਨੂੰ ਵੀ ਨਹੀਂ ਕਾਲ ਕੀਤਾ ਗਿਆ ਔਰ ਇੱਕਦਮ ਤੁਸੀਂ ਸਥਾਪਿਤ ਕੀਤਾ? ਦੇਖੋ, ਇਹ ਹੈ ਕਿ ਸਾਡਾ ਇੱਕ ਦਿਲ ਦਾ ਅਰਮਾਨ ਸੀਗਾ ਕਿ ਜਿਸ ਆਇਰਨ ਲੇਡੀ ਨੇ ਆਤੰਕਵਾਦ ਦੇ ਖਾਤਮੇ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਅਸੀਂ ਸੱਚੀ ਸ਼ਰਧਾਂਜਲੀ ਦਿੱਤੀ ਆ ਜੇ ਬੁੱਤ ਲਗਾ ਕੇ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਿਊ ਜਨਰੇਸ਼ਨਸ ਹੈਗੀਆਂ ਉਹ ਉਹਨਾਂ ਦੀ ਕੁਰਬਾਨੀ ਨੂੰ ਭੁਲਾ ਨਾ ਸਕਣ, ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਣ। ਕਿਉਂਕਿ ਜਿਹੜੀ ਮੋਦੀ ਸਰਕਾਰ ਹੈ, ਇਹ ਭਗਵਾ ਪਾਰਟੀ ਹੈ, ਇਹ ਆਪਣੇ ਆਪ ਨੂੰ ਐਜ਼ ਏ ਹਿੰਦੂ ਪ੍ਰੋਡਿਊਸ ਕਰ ਰਹੇ ਹਾਂ, ਜਿਹੜਾ ਕਿ ਗਲਤ ਹੈ। ਕੁਰਬਾਨੀਆਂ ਭਰਿਆ ਜਿਹੜਾ ਸਿਸਟਮ ਹੈ ਉਹ ਕਾਂਗਰਸ ਸਮਝਦੇ ਹੋ? 6 ਜੂਨ ਅੱਜ ਦੇ ਦਿਨ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੁੰਦਾ, ਅਕਾਲ ਤਖਤ ਸਾਹਿਬ ਢਾਏ ਜਾਂਦੇ ਹੈ, ਇੰਦਰਾ ਗਾਂਧੀ ਨੂੰ ਇਹਦੇ ਲਈ ਜ਼ਿੰਮੇਵਾਰ ਸਮਝਿਆ ਗਿਆ ਹੈ, ਦੇਸ਼ ਦੀ ਪ੍ਰਧਾਨ ਮੰਤਰੀ ਨੇ ਆਰਡਰ ਦਿੱਤੇ ਸੀ, ਉਹਨੂੰ ਠੀਕ ਸਮਝਦੇ ਹੋ ਤੁਸੀਂ? ਦੇਖੋ ਜੀ, ਜੇ ਉਸ ਸਮੇਂ ਭਿੰਡਰਾਂਵਾਲਾ 2-3 ਦਿਨ ਤੱਕ ਇੰਡੀਆ ਦੀ ਸੈਨਾ ਨਾਲ ਮੁਕਾਬਲਾ ਕਰਦਾ ਰਿਹਾ, ਇੰਨਾ ਅਸਲਾ ਉਹਨੇ ਦਰਬਾਰ ਸਾਹਿਬ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਵਿੱਚ ਭਰ ਲਿਆ ਸੀਗਾ, ਜੇ ਉਹ ਕਦਮ ਠੀਕ ਸੀਗਾ ਤਾਂ ਇੰਦਰਾ ਗਾਂਧੀ ਜੀ ਦਾ ਵੀ ਕਦਮ ਠੀਕ ਸੀਗਾ, ਲੋਹੇ ਨੂੰ ਤਾਂ ਲੋਹੇ ਕੱਟਦਾ। ਪਰ ਅਨੰਦਪੁਰ ਦੇ ਮਤੇ ਬਾਰੇ ਤੁਹਾਡਾ ਕੀ ਖਿਆਲ ਹੈ? ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ, ਪਾਣੀਆਂ ਪੰਜਾਬ ਦੇ ਪਾਣੀਆਂ ਵਾਸਤੇ ਅੱਜ ਵੀ ਫਾਈਟ ਕਰ ਰਹੇ ਹਾਂ, ਕਾਂਗਰਸ ਉਹਦੇ ਪਿੱਛੇ ਕਿਉਂ ਨਹੀਂ ਲੜਾਈ ਲੜਦੀ? ਉਹਦੇ ਪਿੱਛੇ ਵੀ ਲੜਾਈ ਲੜੀ ਜਾ ਰਹੀ ਹੈ ਜੀ, ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ, ਇਹੀ ਤਾਂ ਭਿੰਡਰਾਂਵਾਲੇ ਦੀ ਮੰਗ ਸੀ ਨਾ ਉਦੋਂ ਕਿ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਲਾਗੂ ਕੀਤਾ ਜਾਵੇ, ਉਹ ਅੱਜ ਵੀ ਉੱਥੇ ਹੀ ਤੁਰਿਆ ਫਿਰਦਾ ਕੰਮ। ਦੇਖੋ,
ਭਿੰਡਰਾਂਵਾਲੇ ਦੀ ਇੱਕ ਮੰਗ ਨਹੀਂ ਕਈ ਹੋਰ ਮੰਗਾਂ ਸੀਗੀਆਂ। ਖਾਲਿਸਤਾਨ ਦੇ ਨਾਰੇ ਅੱਜ ਦਰਬਾਰ ਸਾਹਿਬ 'ਚ ਲੱਗੇ, ਕੀ ਉਹ ਠੀਕ ਨੇ? ਇਹ ਸਾਰੀਆਂ ਮੰਗਾਂ ਜਿਹੜੀਆਂ ਸੀਗੀਆਂ ਉਹਦੀਆਂ ਇੱਕ ਫਿਰਕੂ ਪ੍ਰਸਤ ਮੰਗਾਂ ਸੀਗੀਆਂ ਔਰ ਪੰਜਾਬ ਸੂਬੇ ਨੂੰ ਖਰਾਬ ਕਰਨ ਵਾਲੀਆਂ ਸੀਗੀਆਂ। ਲਾਸਟ ਸਮੇਂ ਦੇ ਵਿੱਚ ਇਹ ਵੀ ਪਤਾ ਲੱਗ ਗਿਆ ਸੀ ਕਿ ਉਹ ਪਾਕਿਸਤਾਨ ਦਾ ਏਜੰਟ ਬਣ ਚੁੱਕਾ ਸੀ। ਪਰ ਤੁਸੀਂ ਜਸਟੀਫਾਈ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਠੀਕ ਹੋਇਆ ਜੇ ਅਟੈਕ ਹੋਇਆ ਦਰਬਾਰ ਸਾਹਿਬ 'ਤੇ ਉਹ ਠੀਕ ਹੋਇਆ, ਤੁਸੀਂ ਇਹਨੂੰ ਕਹਿ ਰਹੇ ਹੋ ਕਿ ਇਸ ਤਰ੍ਹਾਂ ਕਰਨਾ ਠੀਕ ਸੀਗਾ? ਨਹੀਂ, ਮੈਂ ਦਰਬਾਰ ਸਾਹਿਬ ਦੇ ਅਟੈਕ ਨੂੰ ਕਦੀ ਵੀ ਨਹੀਂ ਠੀਕ ਕਹਿ ਰਿਹਾ, ਨਾ ਕਹਾਂਗਾ ਨਾ ਕਹਿ ਰਿਹਾ। ਮੈਂ ਤਾਂ ਇਹ ਗੱਲ ਕਰ ਰਿਹਾ ਕਿ ਹੋਰ ਕੋਈ ਉਸ ਸਮੇਂ ਚਾਰਾ ਹੀ ਨਹੀਂ ਸੀਗਾ ਅੱਤਵਾਦ। ਦੇਸ਼ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੌਮਾਂ ਨੇ ਜੋ ਆਪਣਾ ਵੱਖਰਾ ਲੈਂਡ ਮੰਗਦੀਆਂ ਨੇ। ਅਸਾਮ ਦੇ ਵਿੱਚ ਵੀ ਮੰਗਿਆ ਜਾ ਰਿਹਾ, ਬਾਰਡਰ ਲੈਂਡ ਵੀ ਮੰਗਿਆ ਜਾ ਰਿਹਾ, ਹੋਰ ਬਹੁਤ ਸਾਰੇ ਸਾਡੇ ਸੂਬੇ ਨੇ ਫੈਡਰਲ ਢਾਂਚੇ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ ਤਾਂ ਇਹ ਆਵਾਜ਼ ਜਿਹੜੀ ਹੈ ਹੈਗੀ ਹੈ ਕਿ ਦਿੱਤਾ ਜਾਵੇ। ਫਿਰ ਸਿਰਫ ਇਸ ਤਰ੍ਹਾਂ ਕਿਉਂ ਹੋਇਆ ਕਿ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਭਿੰਡਰਾਂਵਾਲੇ ਦੇ ਉੱਤੇ ਅਟੈਕ ਹੁੰਦਾ, ਬਾਕੀ ਸਾਰੇ ਵੀ ਤਾਂ ਹੈਗੇ ਸੀ ਨਾ? ਦੇਖੋ ਜੀ, ਜਿਹੜੇ ਬਾਕੀ ਸੂਬੇ ਮੰਗਦੇ ਆ ਉੱਥੇ ਉਹਨਾਂ ਨੇ ਕਦੀ ਕਿਸੇ ਨੂੰ ਇੱਕ ਜਾਤ ਨੂੰ ਬੱਸਾਂ 'ਚੋਂ ਕੱਢ ਕੇ ਨਹੀਂ ਮਾਰਿਆ। ਮੇਰੇ ਕੋਲ ਤਕਰੀਬਨ ਡੈਟੇ ਪਏ ਨੇ, 30 to 35,000 ਹਿੰਦੂ ਪੰਜਾਬ ਦੇ ਵਿੱਚ ਮਾਰੇ ਗਏ ਡੈਟ ਟਾਈਮ, ਸਿੱਖ ਮਾਰੇ ਗਏ ਡੈਟ ਟਾਈਮ 94 ਜੂਨ 84 ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਜਾਂ ਬਾਅਦ ਦੀ ਗੱਲ ਕਰ ਰਹੇ ਹੋ? ਮੈਂ ਇਹ ਜਿਹੜੀ ਗੱਲ ਕਰ ਰਿਹਾ ਜੀ, ਇਹ 84 ਤੋਂ ਲੈ ਕੇ 90 ਪਰ ਅਸੀਂ ਉਦੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਨਾ, ਅਸੀਂ ਤਾਂ ਭਿੰਡਰਾਂ ਵਾਲਿਆਂ ਦੀ ਗੱਲ ਕਰ ਰਹੇ ਹਾਂ, ਉਦੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਭਿੰਡਰਾਂ ਵਾਲੇ ਦੇ ਟਾਈਮ 'ਤੇ ਕਿੰਨੇ ਹਿੰਦੂ ਮਾਰੇ ਗਏ, ਇਹਦਾ ਕੋਈ ਡਾਟਾ ਹੈ ਤੁਹਾਡੇ ਕੋਲ? ਦੇਖੋ, ਮੈਂ RTI ਰਾਹੀਂ FIRs ਦੀਆਂ ਕਾਪੀਆਂ ਲੈ ਰਿਹਾ, ਤਕਰੀਬਨ 10,000 FIR ਮੇਰੇ ਕੋਲ ਆ ਗਈ ਆ ਵੀ ਜੈਸ ਡੈਟ ਟਾਈਮ 'ਤੇ ਜਿਹੜੇ ਵੀ ਲੋਕ ਮਾਰੇ ਗਏ ਅੱਤਵਾਦ ਦੇ ਦੌਰਾਨ, ਅੱਤਵਾਦੀਆਂ ਦੇ ਦੌਰ ਕਿਸ, ਮੈਨੂੰ ਟਾਈਮ ਪੀਰੀਅਡ ਥੋੜ੍ਹਾ ਜਿਹਾ ਐਕਸਪਲੇਨ ਕਰੋ, ਕਿਸ ਟਾਈਮ ਪੀਰੀਅਡ ਦੀ ਗੱਲ ਕਰ ਰਹੇ ਹੋ? ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ, ਬਹੁਤ ਸਾਰੇ ਹਿੰਦੂ ਮਾਰੇ ਗਏ ਆ, ਬੱਸਾਂ 'ਚੋਂ ਕੱਢ ਕੱਢ ਕੇ ਮਾਰੇ ਗਏ ਆ, ਪਰ ਸਮਾਂ ਕਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਜਾਣਨਾ, ਬਹੁਤ ਲਾਜ਼ਮੀ ਹੈ। ਸਮਾਂ ਹੈਗਾ ਜੀ 84 ਤੋਂ ਕੋਈ 4 ਸਾਲ ਪਹਿਲਾਂ, 92 ਤੱਕ। 84 ਤੋਂ ਲੈ ਕੇ 92 ਤੱਕ ਦੀ ਗੱਲ ਕਰ ਰਹੇ ਹੋ? 92-93 ਤੱਕ। ਮਤਲਬ ਕਿ ਤੁਸੀਂ ਭਿੰਡਰਾਂ ਵਾਲੇ ਦੀ ਸ਼ਹੀਦੀ ਜਾਂ ਫਿਰ ਉਸ ਤੋਂ ਬਾਅਦ ਦੀ ਗੱਲ ਕਰ ਰਹੇ ਹੋ? ਨਹੀਂ, ਉਸ ਤੋਂ ਪਹਿਲਾਂ ਵੀ ਬਹੁਤ ਲੋਕ ਮਾਰੇ ਗਏ। ਰੇਲਵੇ ਸਟੇਸ਼ਨ 'ਤੇ ਅਟੈਕ ਹੋਇਆ, ਰੇਲ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਭਿੰਡਰਾਂ ਵਾਲੇ ਦੇ ਹੁੰਦਿਆਂ ਮਾਰੀਆਂ ਗਈਆਂ, ਬੱਸ 'ਤੇ ਅਟੈਕ ਹੋਇਆ ਜਦੋਂ ਆਪਣਾ ਕਪੂਰਥਲੇ ਤੋਂ ਜਲੰਧਰ ਨੂੰ ਜਾ ਰਹੀ ਸੀ ਬੱਸ। ਜਿੰਨੇ ਵੀ ਲੋਕ ਹੁਣ ਖਾਲਿਸਤਾਨ ਦੀ ਡਿਮਾਂਡ ਕਰਦੇ ਆ ਜਾਂ ਖਾਲਿਸਤਾਨ ਦੀ ਮੰਗ ਕਰਦੇ ਆ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ, ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ? ਕਿੰਨੇ ਕੁ ਲੋਕ ਨੇ ਜੀ ਜਿਹੜੇ ਖਾਲਿਸਤਾਨ? ਜਿੰਨੇ ਵੀ ਕਰਦੇ ਆ, ਮੇਰਾ ਸਵਾਲ ਹੈ ਕਿ ਤੁਸੀਂ ਉਹਦੇ ਬਾਰੇ ਕੀ ਸੋਚਦੇ? ਕਿੰਨੇ ਕੁ ਲੋਕ ਨੇ, ਚੰਨ ਭਰ ਲੋਕ ਨੇ ਜਿਹੜੇ ਪੰਜਾਬ ਸੂਬੇ ਨੂੰ, ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ, ਉਹ ਲੋਕ ਮੰਗ ਕਰਦੇ ਨੇ, ਬਾਕੀ ਹੋਰ ਕੋਈ ਮੰਗ ਨਹੀਂ ਕਰਦਾ। ਅੱਜ ਆਪਾਂ ਦੇਖ ਲਈਏ ਆ ਜਿਹੜੇ ਕੱਟੜਪੰਥੀ ਲੋਕ ਨੇ, ਇਹਨਾਂ ਨੂੰ ਕਿੰਨੇ ਕੁ ਲੋਕ ਪਸੰਦ ਕਰਦੇ ਨੇ? ਮੇਰਾ ਖਿਆਲ ਨਹੀਂ ਕੋਈ 100 ਤੋਂ ਵੀ ਉੱਪਰ ਕਿਸੇ ਨੂੰ ਵੋਟ ਪੈਂਦੀ ਹੋਵੇ। ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਇਹ ਰਾਜ ਕਿਉਂ ਨਹੀਂ ਕਰ ਲੈਂਦੇ ਜੇ ਇਹਨਾਂ ਦੀਆਂ ਮੰਗਾਂ ਸਹੀ ਨੇ ਤਾਂ? ਪਰ ਤੁਸੀਂ ਇਹਨਾਂ ਦੇ ਖਿਲਾਫ਼ ਕਿਉਂ ਇੰਨਾ ਬੋਲਦੇ ਹੋ ਜੇ ਇਹ ਬਹੁਤ ਘੱਟ ਲੋਕ ਨੇ, ਬਹੁਤ ਥੋੜ੍ਹੇ ਲੋਕ ਨੇ? ਤੁਸੀਂ ਇਹਨਾਂ ਨੂੰ ਇੰਨਾ ਤੂਲ ਕਿਉਂ ਦਿੰਦੇ ਹੋ? ਤੁਸੀਂ ਇਹਨਾਂ ਨੂੰ ਛੱਡ ਕਿਉਂ ਨਹੀਂ ਦਿੰਦੇ ਇਹਨਾਂ ਦੇ ਹਾਲ 'ਤੇ? ਅਸੀਂ ਇਹਨਾਂ ਨੂੰ ਨਹੀਂ ਬੋਲਦੇ ਜੀ, ਅਸੀਂ ਤਾਂ ਜਿਹੜੀਆਂ ਸਾਡੇ ਕਾਂਗਰਸ ਪਾਰਟੀ ਨੇ ਕੁਰਬਾਨੀਆਂ ਕੀਤੀਆਂ, ਅਸੀਂ ਤਾਂ ਉਹ ਲੋਕਾਂ ਨੂੰ ਯਾਦ ਕਰਾਉਂਦੇ ਹਾਂ ਕਿ BJP ਅੱਜ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਕਹਿੰਦੀ ਆ, ਹਿੰਦੂ 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 ਕਰਦੀ ਆ, ਪਰ ਹਿੰਦੂਆਂ ਵਾਸਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਸੀਗੀਆਂ ਅੱਤਵਾਦ ਦੇ ਦੌਰਾਨ, ਪੰਜਾਬ ਦੇ ਅੱਤਵਾਦ ਦੇ ਦੌਰਾਨ, ਇਹ ਲੋਕ ਕਿੱਥੇ ਸੀਗੇ? ਨਰਿੰਦਰ ਮੋਦੀ ਜੀ ਦੀ ਇੱਕ ਫੋਟੋ ਪਿੱਛੇ ਜੇ ਵਾਇਰਲ ਹੋਈ ਸੀਗੀ ਕਿ ਦਸਤਾਰ ਬੰਨ ਕੇ ਇੱਥੋਂ ਭੱਜਿਆ ਸੀ, ਉਦੋਂ ਇਹ ਲੋਕ ਕਿੱਥੇ ਸੀ? ਸਾਡੇ, ਮੈਂ ਉਂਗਲੀਆਂ 'ਤੇ ਗਿਣਨ ਤੋਂ ਵੀ ਜ਼ਿਆਦਾ ਲੋਕ ਨੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰਾਂ ਨੇ ਸ਼ਹੀਦੀਆਂ ਦਿੱਤੀਆਂ। ਸਰਦਾਰ ਬੇਅੰਤ ਸਿੰਘ ਟੋਟੇ ਟੋਟੇ ਹੋ ਗਏ ਉਹਨਾਂ ਦੇ ਸਰੀਰ ਦੇ, ਜੋਗਿੰਦਰਪਾਲ ਪਾਂਡੇ,
ਪਰਾਸ਼ਰ ਜੀ ਐਜ਼ ਏ ਐਮ ਐਲ ਏ, ਮਲਹੋਤਰਾ ਜੀ ਸਾਡੇ ਲੁਧਿਆਣੇ ਤੋਂ, ਜੌਹਰ ਸਾਹਿਬ ਦੇ ਘਰ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਬੰਬ ਫਟਿਆ, ਕਈ ਲੋਕ ਸ਼ਹੀਦ ਹੋਏ, ਹੋਰ ਬਹੁਤ ਸਾਰੇ ਇਹੋ ਜਿਹੇ ਕਾਂਗਰਸ ਦੇ ਲੀਡਰ ਨੇ। 13 ਸਿੰਘ ਮਾਰੇ ਗਏ ਸੀ ਤੁਹਾਡੇ ਯਾਦ ਹੋਣਾ, 78 ਦੇ ਵਿੱਚ ਜਦੋਂ ਨਿਰੰਕਾਰੀਆਂ ਨੇ ਇੱਕ ਸਮਾਗਮ ਕੀਤਾ ਉੱਥੇ ਜਾ ਕੇ ਉਹ ਪ੍ਰੋਟੈਸਟ ਕੀਤਾ ਕਿ ਨਹੀਂ ਹੋਣ ਦੇਣਾ, ਗੋਲੀਆਂ ਚੱਲੀਆਂ, ਉਹ ਵੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਬਾਰੇ ਕਦੇ ਤੁਸੀਂ ਗੱਲ ਕੀਤੀ ਹੈ? ਦੇਖੋ, ਸ਼ਹੀਦ ਤਾਂ ਚਾਹੇ ਕੋਈ ਹੋਇਆ ਹੋਵੇ, ਚਾਹੇ ਹਿੰਦੂ ਹੋਇਆ ਹੋਵੇ, ਚਾਹੇ ਤੁਸੀਂ ਇਹਨੂੰ ਹਿੰਦੂ ਸਿੱਖ ਦਾ ਮਾਮਲਾ ਕਿਉਂ ਬਣਾਉਣਾ ਚਾਹ ਰਹੇ ਹੋ? ਤੁਸੀਂ ਪੰਜਾਬ ਦੇ ਜਿੰਨੇ ਸ਼ਹੀਦ ਹੋਏ ਆ ਉਹਨਾਂ ਸਾਰਿਆਂ ਦੀ ਕਲੈਕਟਿਵ ਗੱਲ ਕਿਉਂ ਨਹੀਂ ਕਰਦੇ? ਮੈਂ ਹਮੇਸ਼ਾ ਕਲੈਕਟਿਵ ਗੱਲ ਹੀ ਕਰ ਰਿਹਾ ਜੀ, ਤੁਸੀਂ ਇਸ ਚੀਜ਼ ਨੂੰ ਡਿਫਰ ਕਰ ਰਹੇ ਹੋ। ਮੈਂ ਤਾਂ ਜਿਹੜਾ 35,000 ਦੀ ਗੱਲ ਕੀਤੀ ਉਹਦੇ ਵਿੱਚ ਹਿੰਦੂ ਔਰ ਸਿੱਖਾਂ ਦੀ ਗੱਲ ਕੀਤੀ ਹੈ, ਕਿਉਂਕਿ ਜਦੋਂ ਗੋਲੀ ਚੱਲਦੀ ਹੈ ਉਹ ਨਾ ਤਾਂ ਇਹ ਦੇਖਦੀ ਹੈ ਵੀ ਹਿੰਦੂ ਆ, ਨਾ ਇਹ ਦੇਖਦੀ ਸਿੱਖ। ਜਿਹੜਾ ਵੀ ਕੋਈ ਸ਼ਹੀਦ ਹੋਇਆ, ਮੈਂ ਜਿਹੜੀ RTI ਵੀ ਪਾਈ ਆ DGP ਸਾਹਿਬ ਨੂੰ, ਉਹਦੇ ਵਿੱਚ ਵੀ ਮੈਂ ਹਿੰਦੂ ਔਰ ਸਿੱਖ ਦੀ ਕੋਈ ਇਹ ਨਹੀਂ ਕੀਤੀ, ਚਾਹੇ ਉਹ ਮੁਸਲਮਾਨ ਭਾਈ ਮਰਿਆ ਚਾਹੇ ਈਸਾਈ ਮਰਿਆ, ਅੱਤਵਾਦੀਆਂ ਦੇ ਹੱਥੋਂ ਜਿਹੜੇ ਵੀ ਲੋਕ ਵਿਕਟਮ ਹੋਏ ਆ ਉਹਨਾਂ ਦੀ। ਪਰ ਮੇਰਾ ਸਵਾਲ ਹੋਰ ਸੀਗਾ ਕਿ ਤੁਸੀਂ ਉਹਨੂੰ ਵੀ ਕੰਡੈਮ ਕਰਦੇ ਹੋ 78 'ਚ ਜਿਹੜੇ 13 ਸਿੰਘ ਮਾਰੇ ਗਏ, ਜਦੋਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉਹ ਸਿੰਘ ਭੇਜੇ ਕਿ ਤੁਸੀਂ ਜਾ ਕੇ ਪੀਸਫੁਲੀ ਕਹਿ ਦਿਓ ਕਿ ਇਹ ਪ੍ਰੋਗਰਾਮ ਨਾ ਕੀਤਾ ਜਾਵੇ, ਤੁਸੀਂ ਉਹਨੂੰ ਕੰਡੈਮ ਕਰਦੇ ਹੋ? ਦੇਖੋ ਜੀ, ਚੀਜ਼ ਤਾਂ ਜਦੋਂ ਕੋਈ ਵੀ ਮਰਦਾ, ਕਿਸੇ ਵੀ ਮਾਂ ਦਾ ਪੁੱਤ ਮਰਦਾ, ਉਹ ਗਲਤ ਗੋਲੀ ਜੀ, ਹਾਂ ਜਾਂ ਨਾ ਦੀ ਗੱਲ ਕਰ ਰਹੇ, ਤੁਸੀਂ ਕੰਡੈਮ ਕਰਦੇ ਹੋ ਵੀ ਗਲਤ ਹੈ? ਪਰ ਉਹ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਹਨੂੰ ਕੰਡੈਮ ਕਰਦੇ ਹੋ ਤੁਸੀਂ? ਅਕਾਲ ਤੁਹਾਡੀ ਪਾਰਟੀ ਲੋਕ ਸਭਾ ਦੇ ਵਿੱਚ ਮਾਫੀ ਮੰਗ ਚੁੱਕੀ ਹੈ ਇਹਦੀ? ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਹੋਇਆ, ਜੇ ਉਹਦੀ ਸਾਡੀ ਪਾਰਟੀ ਨੇ ਮਾਫੀ ਮੰਗੀ ਹੈ ਤਾਂ ਬਹੁਤ ਸੋਚ ਸਮਝ ਕੇ ਮੰਗੀ ਹੈ। ਅਸੀਂ ਉਸ ਚੀਜ਼ ਨੂੰ ਤਾਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਗਲਤੀ ਹੋਈ ਸੀਗੀ, ਬਟ ਉਹਦੇ ਵਿੱਚ ਜੇ 3 ਦਿਨ ਤੱਕ ਕੋਈ ਆਦਮੀ ਭਾਰਤੀਏ ਸੈਨਾ ਨਾਲ ਲੜ ਸਕਦਾ ਤਾਂ ਉਹ ਕਿੰਨਾ ਕੁ ਅਸਲਾ ਹੋਏਗਾ? ਦਰਬਾਰ ਸਾਹਿਬ ਜਾਂ ਉਹਦੇ ਅੰਦਰ ਅਸਲਾ ਲੈ ਕੇ ਜਾਣਾ, ਇੱਕ ਵੀ ਗੋਲੀ ਅੱਜ ਅੰਦਰ ਨਹੀਂ ਜਾ ਸਕਦੀ, ਇੰਨਾ ਅਸਲਾ ਕਿਵੇਂ ਅੰਦਰ ਚਲਾ ਗਿਆ? ਜਿੰਨੇ ਸਿੰਘ ਮਰੇ ਉਦੋਂ ਪੂਰੇ ਓਪਰੇਸ਼ਨ ਦੇ ਵੱਲੇ, ਜਿਹੜੇ ਦਰਸ਼ਨ ਕਰਨ ਗਏ ਸੀ ਸਿਰਫ, ਉਸ ਵੇਲੇ ਸ਼ਹੀਦੀ ਪੁਰਬ ਚੱਲ ਰਿਹਾ ਸੀਗਾ, ਉਹਨੂੰ ਵੀ ਤੁਸੀਂ ਕੰਡੈਮ ਕਰਦੇ ਹੋ ਕਿ ਉਹ ਵੀ ਗਲਤ ਹੋਇਆ? ਬਿਲਕੁਲ ਉਹ ਗਲਤ ਹੋਇਆ ਜੀ। ਠੀਕ ਹੈ, ਬਹੁਤ ਧੰਨਵਾਦ। ਇਹ ਸਨ ਗੋਲਡੀ ਅਗਨੀਹੋਤਰੀ ਜੀ, ਜਿਨ੍ਹਾਂ ਨੇ ਅੱਜ ਬੁੱਤ ਸਥਾਪਿਤ ਕੀਤਾ ਇੰਦਰਾ ਗਾਂਧੀ ਦਾ, ਔਰ ਇਹਨਾਂ ਦਾ ਕਹਿਣਾ ਹੈ ਕਿ ਸਿਰਫ ਸਿੱਖ ਨਹੀਂ, ਹਿੰਦੂ ਨਹੀਂ, ਤਮਾਮ ਜਿੰਨੇ ਲੋਕ ਪੂਰੇ ਪੰਜਾਬ ਦੇ ਵਿੱਚ ਮਾਰੇ ਗਏ ਹੈ, ਗੋਲੀ ਦੇ ਨਾਲ ਸ਼ਿਕਾਰ ਹੋਏ ਹੈ, ਉਹ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ। ਔਰ ਇੰਦਰਾ ਗਾਂਧੀ ਦਾ ਬੁੱਤ, ਉਹ ਕਹਿ ਰਹੇ ਹੈ ਕਿ ਉਹਨਾਂ ਦੀ ਦਿਲ ਦੀ ਮੰਸ਼ਾ ਸੀਗੀ ਕਿ ਉਹ ਸਥਾਪਿਤ ਕਰਨ, ਇਸ ਕਰਕੇ ਉਹਨਾਂ ਨੇ ਸਥਾਪਿਤ ਕੀਤਾ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ।